ਸਤਿ ਸ਼੍ਰੀ ਅਕਾਲ ਜੋਬਨ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਨੇ ਮੂਵੀ ਦੇ ਲਈ। ਥੈਂਕ ਯੂ ਸੋ ਮਚ। ਅੱਛਾ, ਵੈਸੇ ਤੁਸੀਂ ਬਹੁਤ ਖੂਬਸੂਰਤ ਲੱਗ ਰਹੇ ਹੋ ਨਾ, ਇੱਕ ਫੌਜੀ ਦੀ ਲੁੱਕ ਦੇ ਵਿੱਚ। ਮੈਂ ਅਸਲ 'ਚ ਨਿੱਕਾ ਹੁੰਦਾ ਹੀ ਹਾਂ ਜੀ ਇਹ ਤਾਂ। ਅੱਛਾ ਅੱਛਾ, ਮੈਨੂੰ ਇੱਕ ਗੱਲ ਦੱਸੋ, ਤੁਹਾਡਾ ਐਨਰਜੀ ਦਾ ਰਾਜ ਕੀ ਹੈ? ਫੁੱਲ ਡੇ ਤੁਸੀਂ ਸੈੱਟ 'ਤੇ ਸੀ, ਮੈਂ ਤੁਹਾਨੂੰ ਦੇਖ ਰਹੀ ਸੀ, ਤੁਸੀਂ ਇੰਨਾ ਜ਼ਿਆਦਾ ਕੰਮ ਕਰ ਰਹੇ ਸੀ, ਫਿਰ ਵੀ ਤੁਹਾਡਾ ਫੇਸ ਇੱਕਦਮ ਖਿਲਿਆ ਹੋਇਆ ਆ, ਇਹ ਐਨਰਜੀ ਦਾ ਰਾਜ ਕੀ ਹੈ? ਨਹੀਂ, ਐਨਰਜੀ ਦਾ ਰਾਜ ਤਾਂ ਜੀ ਇਹੀ ਆ ਵੀ ਪ੍ਰੈਸ਼ਰ ਬਹੁਤ ਆ, ਅਤੇ ਪ੍ਰੈਸ਼ਰ ਨੂੰ ਦੂਰ ਕਰਨ ਲਈ ਹੱਸਣਾ ਜ਼ਰੂਰੀ ਆ। ਸੋ ਮੈਂ ਪ੍ਰੈਸ਼ਰ ਨੂੰ ਵੀ ਇੱਦਾਂ ਡੀਲ ਕਰਦਾ ਵੀ ਠੀਕ ਆ, ਇਹ ਚੀਜ਼ ਹੋਣੀ ਆ ਤਾਂ ਇਹਨੂੰ ਹੋਣੀ ਹੋਈ ਆ, ਇਹਨੂੰ ਟਾਲ ਨਹੀਂ ਸਕਦੇ, ਬਟ ਇਹਨੂੰ ਪੋਜ਼ਿਟਿਵ ਰਹਿ ਕੇ ਹੱਲ ਜ਼ਰੂਰ ਕਰ ਸਕਦੇ ਹਾਂ ਜੀ। ਬਿਲਕੁਲ। ਅੱਛਾ, ਮੈਂ ਮਹਿੰਦੀ ਤੱਕਰ ਦੀ ਖੂਬਸੂਰਤੀ ਦੀ ਗੱਲ ਕੀਤੀ ਸੀ, ਸਾਡਾ ਮੁੰਡਾ ਵੀ ਘੱਟ ਨਹੀਂ ਹੈ, ਕਿਸੇ ਮੁਟਿਆਰ ਦੇ ਨਾਲੋਂ ਕਿਸੇ ਕੁੜੀ ਦੇ ਨਾਲੋਂ। ਸੋ ਜੋਬਨ ਜੀ ਵੀ ਬਹੁਤ ਸੋਹਣੇ ਨੇ ਤੁਹਾਡੀ, ਮੈਨੂੰ ਲੱਗ ਰਿਹਾ ਕਿ ਜੋਬਨ ਜੀ ਤੁਹਾਡੀ ਔਰ ਮਹਿੰਦੀ ਤੱਕਰ ਦੀ ਜੋੜੀ ਜਿਹੜੀ ਹੈ ਨਾ, ਬੜੀ ਨਿਖਰ ਕੇ ਬਾਹਰ ਆਏਗੀ, ਇੱਕ ਬੜੀ ਕਰਿਓਸਿਟੀ ਪੈਦਾ ਕਰੇਗੀ ਪੂਰੀ ਇੰਡਸਟਰੀ ਦੇ ਵਿੱਚ, ਇੱਕ ਨਵੀਂ ਜੋੜੀ ਹੈ, ਬਾਕਮਾਲ ਜੋੜੀ ਹੈ, ਨਹੀਂ ਤਾਂ ਉਹੀ ਪੁਰਾਣੇ ਚਿਹਰੇ ਰਿਪੀਟ ਆਪਾਂ ਨੂੰ ਮਿਲ ਰਹੇ ਸੀ। ਤੁਸੀਂ ਇੱਕ ਨਵਾਂ ਚਿਹਰਾ ਨਾਲ ਉਹਨਾਂ ਦੇ ਜੋੜੇ ਹੋ, ਤੁਹਾਡੀ ਜੋੜੀ ਬੜੀ ਸੋਹਣੀ ਲੱਗ ਰਹੀ ਸੀ, ਮੈਂ ਦੇਖ ਰਹੀ ਸੀ ਸੈੱਟ 'ਤੇ ਵੀ। ਅਸੀਂ ਨਾ ਫੋਟੋ ਪਾਈ ਸੀਗੀ ਇੰਸਟਾਗ੍ਰਾਮ 'ਤੇ, ਹੈ ਨਾ, ਅਤੇ ਉਹ ਤੋਂ ਬਾਅਦ ਸਾਨੂੰ ਬਹੁਤ ਸੋਹਣੇ ਸੋਹਣੇ ਕਮੈਂਟਸ ਆਏ। ਸਾਨੂੰ ਇਹ ਵੀ ਨਹੀਂ ਪਤਾ ਸੀ ਵੀ ਇਹ ਵਿਊ ਹੋਣਗੇ ਕਿਸੇ ਦੇ, ਬਟ ਅਸੀਂ ਉਹ, ਸਾਨੂੰ ਵੀ ਇਹ ਲੱਗਿਆ ਵੀ ਯਾਰ ਵੀ ਵਾਕਈ ਅਸੀਂ ਜੱਚਦੇ ਹਾਂ। ਅਤੇ ਉਸ ਤੋਂ ਬਾਅਦ ਤੁਸੀਂ ਹੁਣ ਆ ਅੱਜ ਮੇਰੇ ਸਾਹਮਣੇ ਤੁਸੀਂ ਕਹਿ ਤਾ, ਤਾਂ ਮੈਨੂੰ ਥੋੜ੍ਹਾ ਜਿਹਾ ਹੋਰ ਯਕੀਨ ਹੋ ਗਿਆ ਵੀ ਸ਼ਾਇਦ ਅਸੀਂ ਸੋਹਣੇ ਲੱਗਦੇ ਹਾਂ। ਅੱਛਾ, ਮਤਲਬ ਪਹਿਲਾਂ ਤੁਹਾਨੂੰ ਯਕੀਨ ਨਹੀਂ ਸੀ? ਵੈਸੇ ਇੰਸਟਾਗ੍ਰਾਮ 'ਤੇ ਤੁਹਾਡੀ ਪੋਸਟ ਮੈਂ ਦੇਖੀ ਸੀ, ਪਰ ਮੈਨੂੰ ਇੱਦਾਂ ਲੱਗਿਆ ਸੀ ਕਿ ਮੇ ਬੀ ਇਹ ਰੀਅਲ ਕਪਲ ਹੋ ਸਕਦਾ, ਰੀਅਲ ਕਪਲ ਨਹੀਂ ਹੋ ਸਕਦਾ, ਪਰ ਅੱਜ ਸੈੱਟ 'ਤੇ ਪਤਾ ਲੱਗਿਆ ਵੀ ਇਹ ਰੀਅਲ ਕਪਲ ਹੈ। ਨਹੀਂ, ਮੈਨੂੰ ਸਮਝ ਨਹੀਂ ਆਇਆ ਕੁਝ ਵੀ ਕੀ ਹੋਛ ਲਿਆ। ਮੈਂ ਤੁਹਾਨੂੰ ਇਹ ਪੁੱਛ ਰਹੀ ਸੀ, ਪੁੱਛ ਨਹੀਂ ਰਹੀ ਸੀ, ਮੈਂ ਗੱਲ ਕਰ ਰਹੀ ਸੀ ਵੀ ਮਤਲਬ ਜਦੋਂ ਇੰਸਟਾਗ੍ਰਾਮ 'ਤੇ ਮੈਂ ਇਹ ਪਿਕ ਦੇਖੀ ਸੀ ਤੇ ਮੈਨੂੰ ਇੱਦਾਂ ਲੱਗਿਆ ਸੀ ਸ਼ਾਇਦ ਇਹ ਰੀਅਲ ਕਪਲ ਹੈ। ਅੱਛਾ, ਨਹੀਂ ਇਹ ਬਹੁਤ ਨੂੰ ਲੱਗਿਆ ਸੀਗਾ ਜੀ। ਅੱਛਾ, ਇਹ ਬਹੁਤ ਨੂੰ ਲੱਗਿਆ ਸੀ? ਬਹੁਤ ਨੂੰ ਲੱਗਿਆ ਸੀ, ਮੈਨੂੰ ਮੈਸੇਜ ਵੀ ਬਹੁਤ ਆਇਆ ਸੀ, ਕੰਗ੍ਰੈਚੁਲੇਸ਼ਨ ਫੋਰ ਯੂਅਰ, ਮਤਲਬ ਬਹੁਤ ਕੁਛ ਆਇਆ। ਠੀਕ ਹੈ ਠੀਕ ਹੈ। ਐਕਚੁਲੀ ਨਾ ਜਦੋਂ ਅਸੀਂ ਇੱਕ ਖੂਬਸੂਰਤ ਜੋੜੀ ਵੇਖਦੇ ਹਾਂ ਤੇ ਉਹ ਮਨ ਦੇ ਵਿੱਚ ਨਾ ਚੀਜ਼ ਆ ਜਾਂਦੀ, ਫੀਲਿੰਗ ਜੀ ਆ ਜਾਂਦੀ ਹੈ। ਨਹੀਂ, ਇਹ ਫਿਲਮ ਹੀ ਇਦਾਂ ਦੀ ਹੈ ਜੀ, ਮਤਲਬ ਜੇ ਸਾਡੀ ਮਤਲਬ ਫਿਲਮ ਦਾ ਕੰਟੈਂਟ ਇਦਾਂ ਦਾ, ਇਮੋਸ਼ਨਸ ਨੇ ਉਸ 'ਚ, ਫੀਲਿੰਗਸ ਨੇ, ਕਾਮੇਡੀ ਆ, ਸਭ ਕੁਛ ਆ ਉਹਦੇ ਵਿੱਚ ਜੀ, ਤੇ ਉਹਦੇ ਹਿਸਾਬ ਨਾਲ ਸਾਡੀ ਜੋੜੀ, ਮੇਰੇ ਹਿਸਾਬ ਨਾਲ ਵੀ ਮਤਲਬ, ਕਿਉਂਕਿ ਜਦੋਂ ਫਿਲਮ ਲਿਖੀ ਗਈ ਸੀ ਨਾ, ਜਦੋਂ ਦਾ ਫੀਲ ਸੀਗਾ, ਇਹ ਸਿਰਫ ਇਹੀ ਮੇਰੇ ਨਾਲ ਮੈਚਿੰਗ ਜ਼ਰੂਰੀ ਸੀ ਅਤੇ ਉਹਨਾਂ ਨਾਲ ਵੀ ਮੇਰੀ ਮੈਚਿੰਗ ਜ਼ਰੂਰੀ ਸੀਗੀ। ਸੋ ਸਾਨੂੰ ਮਹਿੰਦੀ ਤੱਖੜੀ ਤੋਂ ਉੱਪਰ ਕੁਛ ਨਹੀਂ ਲੱਗਿਆ ਵੀ ਉਹੀ ਹੀ ਇਹ ਕਿਰਦਾਰ ਕਰ ਸਕਦੇ, ਚੰਨ ਕੌਰ ਜੀ। ਬਿਲਕੁਲ, ਚੰਨ ਕੌਰ, ਔਰ ਵਾਕਈ ਹੈ ਵੀ ਚੰਨ ਕੌਰ ਹੀ ਆ ਜੀ। ਮੈਂ ਤੁਹਾਨੂੰ ਪੁੱਛਣਾ ਚਾਹਾਂਗੀ, ਇਹ ਜਿਹੜੀ ਸਟੋਰੀ ਆ, ਇਹ ਕਿਤੇ ਨਾ ਕਿਤੇ ਲਿਖਣ ਦੇ ਵਿੱਚ ਵੀ ਤੁਹਾਡਾ ਕਾਫੀ ਯੋਗਦਾਨ ਰਿਹਾ, ਡਾਇਰੈਕਟਰ ਸਭ ਦੇ ਨਾਲ, ਔਰ ਤੁਹਾਡੇ ਦਿਮਾਗ 'ਚ ਇੱਕ ਕਨਸੈਪਟ ਕਿੱਦਾਂ ਹੈ? ਬਹੁਤ ਹੱਟ ਕੇ ਕਨਸੈਪਟ ਆ ਆਮ ਕਾਮੇਡੀ ਮੂਵੀਆਂ ਦੇ ਨਾਲੋਂ, ਕੁਛ ਡਿਫਰੈਂਟ ਆ ਕਨਸੈਪਟ ਆ। ਡਿਫਰੈਂਟ ਵੀ ਕਹਿ ਸਕਦੇ ਤੁਸੀਂ, ਬਟ ਇਹ ਸੀਗਾ ਵੀ ਅਸੀਂ ਸੀਰੀਅਸ ਫਿਲਮਾਂ, ਜਦੋਂ ਪਹਿਲਾਂ ਇਹ ਤੋਂ ਪਹਿਲਾਂ ਬਣਾਈ ਸੀ ਬੇਅਰ ਫੁੱਟ ਵਾਰੀਅਰ, ਉਹ ਇੱਕ ਹਾਲੀਵੁੱਡ ਦੀ ਫਿਲਮ ਆ, ਟਰੂ ਸਟੋਰੀ ਆ ਉਹ ਜੀ, ਅਤੇ ਉਹਦੇ ਵਿੱਚ ਸਾਡਾ ਰਾਜਪਾਲ ਯਾਦਵ ਨੇ, ਸ਼ੋਨ ਫੈਰਿਸ ਹਾਲੀਵੁੱਡ ਦਾ ਬਹੁਤ ਵਧੀਆ ਐਕਟਰ ਆ, ਅਤੇ ਉਹ ਜਦੋਂ ਫਿਲਮ ਬਣਾਈ ਸੀ ਨਾ, ਉਹ ਵੱਡੀ ਫਿਲਮ ਸੀ ਸਾਡੀ ਇੱਕ, ਅਤੇ ਉਹ ਹਲੇ ਰਿਲੀਜ਼ਿੰਗ ਨੂੰ ਸਾਡਾ ਟਾਈਮ ਲੱਗ ਗਿਆ, ਕਿਉਂਕਿ ਉਹਨੂੰ ਰਿਲੀਜ਼ ਕਰਨ ਲਈ ਵੀ ਸਾਨੂੰ ਪਲਾਨ ਕਰਨਾ ਪੈਣਾ, ਹੈ ਨਾ, ਅਤੇ ਉਹ ਤੋਂ ਬਾਅਦ ਅਸੀਂ ਇੱਕ ਹੋਰ ਫਿਲਮ ਸਰਾਭਾ ਸ਼ੁਰੂ ਕਰੀ ਸੀ, ਕਰਤਾਰ ਸਿੰਘ ਸਰਾਭਾ, ਹੁਣ ਉਹਦਾ ਸਾਡਾ ਸ਼ੂਟ ਹੁਣੇ ਹੋ ਕੇ ਹਟਿਆ, ਅਤੇ ਉਹਦਾ ਮਤਲਬ ਉਹਦੇ ਸ਼ੂਟ ਤੋਂ 4 ਦਿਨ ਬਾਅਦ ਹੀ ਸਾਡਾ ਸਾਕ ਦਾ ਸ਼ੁਰੂ ਸੀਗਾ, ਅਤੇ ਸਰਾਭੇ ਦੇ ਵਿੱਚ ਵੀ ਮੇਰਾ ਬਹੁਤ, ਰੱਬ ਦੀ ਮਿਹਰ ਨਾਲ, ਬਹੁਤ ਵਧੀਆ ਕਿਰਦਾਰ ਆ। ਅਤੇ ਉਹ ਤੋਂ ਬਾਅਦ ਅਸੀਂ ਇਹ ਸੋਚਿਆ ਵੀ ਯਾਰ ਵੀ ਚੱਲਦਾ ਕੀ ਆ ਪੰਜਾਬ ਦੇ ਵਿੱਚ, ਲਾਈਕ ਵੀ ਅਸੀਂ ਬਹੁਤ ਵੱਡੀਆਂ ਵੱਡੀਆਂ ਫਿਲਮਾਂ ਦੇ ਰਹੇ ਹਾਂ, ਆਡੀਅੰਸ ਦਾ ਕੀ ਫੀਡਬੈਕ ਆਉਂਦਾ, ਹੈ ਨਾ, ਆਡੀਅੰਸ ਦਾ ਟੇਸਟ ਕੀ ਆ, ਹੈ ਨਾ, ਅਤੇ ਹੁਣ ਅਸੀਂ ਇੱਕ ਮੁੱਦਾ ਦਿੰਦੇ ਹਾਂ, ਮੁੱਦਾ ਮੇਰੇ ਹਿਸਾਬ ਨਾਲ ਮੁੱਦਾ ਨਹੀਂ ਚੱਲਦਾ ਪੰਜਾਬ ਦੇ ਵਿੱਚ, ਹਰ ਬੰਦਾ ਸਿਆਣਾ ਬੈਠਾ, ਹਰ ਬੰਦਾ ਕਹਿੰਦਾ ਯਾਰ ਇਹ ਕੀ ਸਿਖਾਉਣ ਵਾਲੀ ਗੱਲ ਆ, ਤੁਹਾਨੂੰ ਪਤਾ ਹੀ ਆ, ਚਾਹੇ ਉਹ ਕਰੇ ਨਾ, ਚਾਹੇ ਉਹ ਅਮਲ ਨਾ ਕਰੇ ਉਹਦੇ 'ਤੇ, ਪਰ ਇਹੀ ਸੋਚਦਾ ਨਾ ਵੀ ਇਹ 'ਚ ਕਰਨ ਵਾਲੀ ਕੀ ਗੱਲ ਸੀ। ਉਹਦੇ ਨਾਲ ਕੀ ਹੁੰਦਾ ਵੀ ਪ੍ਰੋਡਿਊਸਰ ਡੁੱਬ ਜਾਂਦਾ, ਬਿਲਕੁਲ ਠੀਕ ਆ। ਦੂਜੀ ਗੱਲ ਕੀ ਆ ਵੀ ਹੁਣ ਜੇ ਅਸੀਂ ਜੋ ਲੋਕਾਂ ਨੂੰ ਪਸੰਦ ਆ, ਸਿਨੇਮਾ ਲੋਕ ਕਿਉਂ ਜਾਂਦਾ, ਇੰਟਰਟੇਨ ਲਈ ਜਾਂਦਾ, ਹੈ ਨਾ, ਜੇ ਅਸੀਂ ਉਹਨਾਂ ਇੰਟਰਟੇਨ ਨਹੀਂ ਕਰਾਂਗੇ ਤਾਂ ਫਿਰ ਉਹ ਜਾਣਗੇ, ਬਟ ਜਿਹੜਾ ਸਟ੍ਰੈਸ ਨਾਲ ਭਰਿਆ ਬੰਦਾ ਕਦੇ ਸਿਨੇਮੇ ਨਹੀਂ ਜਾਂਦਾ, ਜਾਂ ਤੁਹਾਡੀ ਫਿਲਮ ਇੰਨੀ ਕੁ ਮੀਨਿੰਗਫੁੱਲ ਹੋਵੇ, ਮੋਟੀਵੇਸ਼ਨਲ ਹੋਵੇ, ਤਾਂ ਸਿਨੇਮਾ ਜਾਂਦਾ ਉਹ, ਬਟ ਅਸੀਂ ਇਹਦੇ 'ਚ ਇੰਟਰਟੇਨਮੈਂਟ ਵੀ, ਇੱਕ ਮੈਸੇਜ ਵੀ ਦੇ ਰਹੇ ਹਾਂ ਇਸ ਫਿਲਮ ਰਾਹੀਂ, ਅਤੇ ਲੋਕ ਇਹਨੂੰ ਫੁੱਲ ਇੰਜੋਏ ਕਰਨਗੇ, ਅਤੇ ਰੋਮੈਂਟਿਕ ਤੁਹਾਨੂੰ ਇਹ 'ਚੋਂ ਫੀਲ ਆਊਗਾ ਸੌਂਗਸ ਤੋਂ, ਤੁਹਾਨੂੰ ਇਹ ਰਿਲੀਜ਼ਿੰਗ ਤੋਂ 2 ਮਹੀਨੇ ਪਹਿਲਾਂ ਹੀ ਪਤਾ ਚੱਲ ਜਾਊਗਾ।
ਜੀ ਕਿਆ ਬਾਤ ਹੈ, ਮੈਂ ਵੀ ਤੁਹਾਡੇ ਗੀਤਾਂ ਦੇ ਬਾਰੇ ਦੇ ਵਿੱਚ ਜੋ ਸੌਂਗਸ ਦੇ ਬਾਰੇ ਦੇ ਵਿੱਚ ਆ ਉਹ ਸਸਪੈਂਸ ਰੱਖ ਰਹੀ ਹਾਂ, ਕਿਉਂਕਿ ਮੈਨੂੰ ਪਤਾ ਤੁਹਾਡੀ ਮੂਵੀ ਦੇ ਵਿੱਚ ਬਾਲੀਵੁੱਡ ਸਿੰਗਰਸ ਜਿਹੜੇ ਨੇ ਪਲੇਬੈਕ ਸਿੰਗਰਸ ਨੇ ਉਹਨਾਂ ਨੇ ਆਪਣੀ ਆਵਾਜ਼ ਦਿੱਤੀ ਆ, ਸੋ ਮੈਂ ਵੀ ਇਹ ਥੋੜ੍ਹਾ ਸਸਪੈਂਸ ਰੱਖ ਰਹੀ ਹਾਂ ਕਿਉਂਕਿ ਤੁਹਾਡੀ ਮੂਵੀ ਹੈ, ਸੋ ਸਾਡੇ ਵੱਲੋਂ ਬਹੁਤ ਬਹੁਤ ਬੈਸਟ ਵਿਸ਼ਿਜ਼ ਨੇ ਜੀ। ਬਿਲਕੁਲ, ਇਹਨਾਂ ਦੀ ਮੂਵੀ ਦੇ ਵਿੱਚ ਕੈਲਾਸ਼ ਖੇਰ ਜੀ ਔਰ ਉਹਨਾਂ ਦੇ ਨਾਲ ਹਰਸ਼ਦੀਪ ਜੀ ਨੇ ਆਵਾਜ਼ ਦਿੱਤੀ ਹੈ ਖੂਬਸੂਰਤ ਗੀਤਾਂ ਨੂੰ, ਸੋ ਇਹਨਾਂ ਮੰਨਤ ਨੂਰ ਜੀ ਨੇ ਵੀ ਆਵਾਜ਼ ਦਿੱਤੀ ਹੈ। ਹਾਂਜੀ, ਅਤੇ ਦੋ ਸੌਂਗ ਅਸੀਂ ਹੋਰ ਕਰ ਰਹੇ ਹਾਂ, ਪੰਜ ਸੌਂਗ ਹੋਣਗੇ ਆਪਣੀ ਫਿਲਮ ਦੇ, ਅਤੇ ਬੀਤੂ ਜੀਤ ਲਿਖੇ ਨੇ ਗਾਣੇ, ਉਹਦੇ 'ਚੋਂ ਦੋ ਸੌਂਗ ਬੀਤੂ ਜੀਤ ਨੇ ਕੀਤੇ ਨੇ, ਬਾਕੀ ਇੱਕ ਕਰਤਾਰ ਕਮਲ ਮੁੰਡਾ ਅਸੀਂ ਲਾਂਚ ਕਰ ਰਹੇ ਹਾਂ ਨਵਾਂ, ਉਹਨੇ ਗਾਏ ਵੀ ਨੇ ਅਤੇ ਲਿਖ ਵੀ ਹੋ ਰਿਹਾ ਨਾਲ ਜੀ। ਬਹੁਤ ਖੂਬਸੂਰਤ, ਔਰ ਇਹਨਾਂ ਦੀ ਕਮਿਸਟਰੀ ਜਿਹੜੀ ਤੁਹਾਡੀ ਕਮਿਸਟਰੀ ਦੀ ਗੱਲ ਕਰੀਏ ਤੁਹਾਡੀ ਔਰ ਮੈਂਡੀ ਜੀ ਦੀ, ਤਾਂ ਵਾਕਈ ਬਹੁਤ ਸੋਹਣੀ ਜੋੜੀ ਹੈ, ਅਗਰ ਸੈੱਟ 'ਤੇ ਸੋਹਣੀ ਲੱਗ ਰਹੀ ਹੈ ਤਾਂ ਉਹ ਸਿਨੇਮੇ ਹਾਲ ਦੇ ਵਿੱਚ ਵੀ ਬਹੁਤ ਸੋਹਣੀ ਲੱਗੇਗੀ, ਸਿਨੇਮੇ ਦੀ ਸਕਰੀਨ 'ਤੇ ਵੀ ਬਹੁਤ ਸੋਹਣੀ ਲੱਗੇਗੀ ਇਹ ਜੋੜੀ, ਔਰ ਤੁਹਾਡਾ ਕੋਨਸੈਪਟ ਤਾਂ ਵੈਸੇ ਆਲਰੇਡੀ ਹਟ ਕੇ ਆ, ਐਕਸਪੀਰੀਅੰਸ ਤੁਹਾਨੂੰ ਵੀ ਬਹੁਤ ਆ ਇੰਡਸਟਰੀ ਦਾ, ਉਹਨਾਂ ਨੂੰ ਵੀ ਕਾਫੀ ਜ਼ਿਆਦਾ ਐਕਸਪੀਰੀਅੰਸ ਆ, ਇੱਕ ਤੁਸੀਂ ਵੀ ਇੱਕ ਆਪਣੇ ਆਪ 'ਚ ਸਟਾਰ ਹੋ ਪਰ ਉਹ ਆਲਰੇਡੀ ਇਸਟੈਬਲਿਸ਼ ਸਟਾਰ ਹੈ, ਉਹਨਾਂ ਦੇ ਨਾਲ ਕੰਮ ਕਰਕੇ ਐਕਸਪੀਰੀਅੰਸ ਕਿੱਦਾਂ ਦਾ ਰਿਹਾ? ਦੇਖੋ, ਮੈਂ ਨਾ ਕਾਫੀ ਪਹਿਲਾਂ ਮੈਂਡੀ ਜੀ ਤੱਕ ਅਪਰੋਚ ਕਰੀ ਸੀਗੀ, ਅਤੇ ਮੈਂਡੀ ਨੇ ਪਹਿਲਾਂ ਇਹ ਕਹਿਤਾ ਸੀ ਵੀ ਨਹੀਂ ਕਰਨੀ ਜੀ, ਹੈ ਨਾ, ਅਤੇ ਅਸੀਂ ਚਲੋ ਅਸੀਂ ਥੋੜ੍ਹੇ ਨਰਵਸ ਹੋ ਗਏ ਵੀ ਯਾਰ ਵੀ ਹੁਣ ਕੀ ਕਰੀਏ, ਹੈ ਨਾ, ਅਤੇ ਫਿਰ ਇਹਨਾਂ ਨੂੰ ਇਹ ਸਾਡੇ ਜਸਪ੍ਰੀਤ ਜੀ ਨੇ ਜਿਹੜੇ ਇਹਨਾਂ ਨੇ ਮੈਨੇਜਮੈਂਟ ਕਰ ਰਹੇ ਨੇ ਨਾ, ਉਹਨਾਂ ਨਾਲ ਗੱਲ ਹੋਈ ਸਾਡੀ, ਉਹਨਾਂ ਤੱਕ ਸਾਡਾ ਮੈਸੇਜ ਲਾਇਆ, ਅਤੇ ਉਹਨਾਂ ਨੇ ਨਾ ਸਕ੍ਰਿਪਟ ਸੁਣੀ ਸਾਡੀ ਜੀ, ਸਕ੍ਰਿਪਟ ਮੈਂਡੀ ਜੀ ਨੇ ਸੁਣੀ, ਅਤੇ ਉਹਨਾਂ ਨੂੰ ਮਤਲਬ ਉਹ ਕਹਿੰਦੇ ਵੀ ਮੈਨੂੰ ਇੰਨੀ ਪਸੰਦ ਆਈ ਸਕ੍ਰਿਪਟ ਵੀ ਮੈਂ ਨਾ ਕਰ ਹੀ ਨਹੀਂ ਸਕੀ, ਅਤੇ ਉਹ ਜੁੜੇ ਜਦੋਂ ਉਹ ਆਏ, ਬਟ ਉਹਨਾਂ ਨਾਲ ਗੱਲ ਕਰੀ ਉਹ ਇੰਨੇ ਹੰਬਲ, ਮੈਂ ਇਹੋ ਜਿਹੀ ਮਤਲਬ ਮੈਂ ਭਾਗਸ਼ਾਲੀ ਸਮਝਦਾ ਵੀ ਉਹਨਾਂ ਨੇ ਮੈਨੂੰ ਜੈਸ ਕੀਤੀ, ਅਤੇ ਉਹ ਇੰਨੇ ਹੰਬਲ ਨੇ ਨਾ ਸੈੱਟ 'ਤੇ ਵੀ ਹਰ ਵੇਲੇ ਉਹ ਮਤਲਬ ਉਹਨਾਂ ਦੀ ਕਾਇੰਡਨੈਸ ਝਲਕਦੀ ਆ ਵੀ ਹਾਂ ਯਾਰ ਠੀਕ ਆ ਜੋਬਨ ਆਹ ਚੀਜ਼ ਆਪਾਂ ਇੱਦਾਂ ਕਰਦੇ ਹਾਂ, ਆਹ ਚੀਜ਼ ਇੱਦਾਂ, ਇਹ ਬਹੁਤ ਵਧੀਆ ਹੋਵੇ, ਮਤਲਬ ਸਾਡੀ ਕਨਵਰਸੇਸ਼ਨ ਚੱਲਦੀ ਰਹਿੰਦੀ ਆ ਸੀਨਾਂ ਦੇ ਰਿਗਾਰਡਿੰਗ, ਅਤੇ ਉਹ ਇੰਨੇ ਕੰਫਰਟੇਬਲ ਨੇ ਹੱਦੋਂ ਵੱਧ ਜੀ। ਤੁਹਾਡੀ ਸਾਊਥ ਦੀ ਟੀਮ ਦੇ ਨਾਲ ਕੰਮ ਕਰ ਰਹੇ ਹੋ, ਸਾਊਥ ਦੀ ਟੀਮ ਜਿਹੜਾ ਸਾਡਾ ਡੀ ਓ ਪੀ ਆ ਨਾ ਉਹ ਹੈਗਾ ਕਾਰਤਿਕ, ਕਾਰਤਿਕ ਇਜ਼ ਦਾ ਟੋਪੈਸਟ ਗਾਇ ਇਨ ਮਾਈ ਟੀਮ, ਅਤੇ ਉਹਨੇ ਪਹਿਲਾਂ ਸਿੰਘਮ ਫਿਲਮ ਕਰੀ ਸੀਗੀ ਡੈਡਲੀ ਨਾਲ, ਅਤੇ ਉਹ ਤੋਂ ਪਹਿਲਾਂ ਉਹ ਤੋਂ ਨਾਲ ਚੇਨਈ ਐਕਸਪ੍ਰੈਸ ਸਿੰਘਮ 2, ਅਤੇ ਇਹ ਕਾਰਤਿਕ ਜਿਹੜਾ ਬਹੁਤ ਐਕਸਪੀਰੀਅੰਸ ਇੱਕ ਡੀ ਓ ਪੀ ਆ, ਅਤੇ ਉਹਦੀਆਂ ਫਰੇਮਾਂ ਤੁਸੀਂ ਫਿਲਮ 'ਚ ਫੁੱਲ ਇੰਜੋਏ ਕਰੋਗੇ, ਜੋ ਜਿਹੜਾ ਸਿਨੇਮੈਟੋਗ੍ਰਾਫੀ ਉਹ ਦਿੱਤੀ ਆ ਫਿਲਮ ਨੂੰ ਨਾ, ਅਤੇ ਉਹ ਔਸਮ ਮੈਂ ਕਹਿ ਸਕਦਾ ਜੀ। ਮਤਲਬ ਮੁੱਖ ਦੀ ਗੱਲ ਇਹ ਆ ਫਿਲਮ ਦੇ ਬਾਰੇ ਦੇ ਵਿੱਚ ਅਸੀਂ ਗੱਲ ਕਰੀਏ ਤਾਂ ਇੰਟਰਟੇਨ ਤਾਂ ਹੈਗਾ ਹੀ ਹੈਗਾ, ਸਾਕਾਂ ਨੂੰ ਰਿਸ਼ਤਿਆਂ ਨੂੰ ਦਰਸਾਉਂਦੀ ਹੋਈ ਮੂਵੀ ਆ, ਉਹਦੇ ਵਿੱਚ ਇੱਕ ਪਿਆਰ ਹੈ, ਰੋਮੈਂਸ ਹੈ, ਸਭ ਕੁਛ ਹੈ, ਉਹਦੇ ਨਾਲ ਨਾਲ ਜੇ ਮੂਵੀ ਦੀ ਗੱਲ ਕਰੀਏ ਹੋਰ ਪੰਜਾਬੀ ਮੂਵੀਆਂ ਦੇ ਮੁਕਾਬਲੇ ਦੇ ਵਿੱਚ ਇਹਨੂੰ ਦੇਖਿਆ ਜਾਏ ਤਾਂ ਇਹ ਟੈਕਨੀਕਲੀ ਮੈਨੂੰ ਲੱਗਦਾ ਬਹੁਤ ਸਟਰੋਂਗ ਮੂਵੀ 'ਚ ਆਏਗੀ। ਹਾਂਜੀ, ਜਿਹੜੀ ਟੀਮ ਆ ਸਾਡੀ ਡਾਇਰੈਕਸ਼ਨ ਟੀਮ ਹੋ ਗਈ ਉਹ ਵਿੱਕੀ, ਵਰੁਣ, ਮਨਾਲੀ, ਗੈਰੀ, ਨਿਰਮਲ, ਕਾਫੀ ਸੁਲਝੇ ਹੋਏ ਬੰਦੇ ਨੇ ਜਿਹੜੇ ਕਿ ਬਹੁਤ ਟੈਲੈਂਟਡ ਨੇ, ਅਤੇ ਹਰ ਇੱਕ ਚੀਜ਼ ਸਾਡੀ ਸ਼ਡਿਊਲ ਦੇ ਵਾਈਜ਼ ਹੁੰਦੀ ਹੈ, ਜੋ ਅਸੀਂ ਲਿਖਤਾ ਉਹਦੇ ਅਕੋਰਡਿੰਗ ਹੀ ਸ਼ੂਟ ਹੁੰਦੀ ਆ। ਹਾਂ, ਉਹਨਾਂ ਨੇ ਪਲਾਨ ਸ਼ਡਿਊਲ ਬਣਾਇਆ ਇੱਕ ਮਹੀਨਾ ਪਹਿਲਾਂ, ਫਿਰ ਉਹਦੇ ਵਰਕ ਹੁੰਦਾ ਸਾਰਾ ਕੁਛ ਉਹ ਡਿਟੇਲ 'ਚ ਕਰਦੇ ਨੇ, ਕਿਸੇ ਚੀਜ਼ ਦੀ ਜੇ ਡੇਟਾਂ ਦੀ ਐਡਜਸਟਮੈਂਟ ਕਰਨੀ ਉਹ ਵੀ ਕਰਦੇ ਨੇ, ਉਹ ਮਤਲਬ ਫੁੱਲ ਪਲੈਨਡ ਹੁੰਦੇ ਨੇ ਪਹਿਲਾਂ ਹੀ, ਇਹ ਨਹੀਂ ਹੁੰਦਾ ਵੀ ਸਾਨੂੰ ਸੈੱਟ 'ਤੇ ਆ ਕੇ ਡਿਸਾਈਡ ਕਰਨਾ ਪੈਂਦਾ ਵੀ ਆਹ ਚੀਜ਼ ਇੱਦਾਂ ਕਰ ਲਓ ਆਹ ਚੀਜ਼ ਇੱਦਾਂ ਕਰ ਲਓ, ਉਹ ਸਾਡਾ ਪਹਿਲਾਂ ਹੀ ਡਿਸਾਈਡ ਹੁੰਦਾ, ਅਤੇ ਦੋ ਦਿਨ ਪਹਿਲਾਂ ਉਹ ਪ੍ਰੀ ਕਰਕੇ ਰੱਖਦੇ ਨੇ ਵੀ ਅਸੀਂ ਕੱਲ੍ਹ ਨੂੰ ਆਹ ਸ਼ੂਟ ਕਰਨਾ, ਉਹਦੇ ਕੀ ਫਰੇਮ ਲੱਗਣੇ ਆ, ਕੀ ਉਹਦਾ ਸੈਟਅਪ ਰਹੂਗਾ ਜੀ। ਬਿਲਕੁਲ, ਮਤਲਬ ਤੁਸੀਂ ਆਪਣੀ ਪ੍ਰੋਪਰ ਵਰਕਸ਼ਾਪ ਦੇ ਨਾਲ ਹੀ ਕੰਮ ਕਰ ਰਹੇ ਹੋ, ਪ੍ਰੋਪਰ ਪਲਾਨਡ ਕੰਮ ਕਰ ਰਹੇ ਹੋ। ਮੈਂ ਤੁਹਾਨੂੰ ਮੇਨ ਚੀਜ਼ ਫਿਲਮ ਦੇ ਬਾਰੇ ਦੇ ਵਿੱਚ ਪੁੱਛਣਾ ਚਾਹਾਂਗੀ, ਜਿਹੜੀ ਫਿਲਮ ਆ ਇਹ ਤੁਸੀਂ ਸੋਚੀ ਕਿੱਦਾਂ ਔਰ ਇਹ ਤੁਸੀਂ ਸ਼ੁਰੂਆਤ ਕਿੱਦਾਂ ਕੀਤੀ ਕਿ ਮਤਲਬ ਅਸੀਂ ਇਹਨੂੰ ਇੰਡੀਪੈਂਡੈਂਟਲੀ ਆਪਣੇ ਹੀ ਖੁਦ ਪ੍ਰੀ ਪ੍ਰੋਡਕਸ਼ਨ ਦੇ ਕੇ ਇਸ ਮੂਵੀ ਨੂੰ ਬਣਾਉਣਾ ਹੈ? ਸਾਰੇ ਐਫਰਟਸ ਤੁਸੀਂ ਖੁਦ ਹੀ ਕਰ ਰਹੇ ਹੋ ਇਸ ਮੂਵੀ ਦੇ ਵਿੱਚ, ਬਹੁਤ ਜ਼ਿਆਦਾ ਬਰਡਨ ਲੈ ਰਹੇ ਹੋ, ਮੈਂ ਤੁਹਾਨੂੰ ਦੇਖ ਰਹੀ ਹਾਂ ਸਵੇਰ ਦੀ, ਤੁਸੀਂ ਇੰਨੇ ਸਟ੍ਰੈਸ ਦੇ ਨਾਲ ਕੰਮ ਕਰ ਰਹੇ ਹੋ, ਉਸ ਤੋਂ ਬਾਅਦ ਇੱਕ ਫਿਰ ਵੀ ਫਰੈਸ਼ ਫੀਲ ਕਰ ਰਹੇ ਹੋ, ਇਹ ਮੂਵੀ ਜਿਹੜੀ ਹੈ ਤੁਹਾਡੇ ਦਿਮਾਗ 'ਚ ਕਿੱਦਾਂ ਆਏਗੀ ਮਤਲਬ ਮੈਂ ਇਹੀ ਮੂਵੀ ਬਣਾਉਣੀ ਆ? ਨਹੀਂ, ਇਹ ਜਿਹੜੀ ਫਰੈਸ਼ ਵਾਲੀ ਗੱਲ ਆ ਉਹ ਤਾਂ ਹੁਣ ਉੱਪਰੋਂ ਉੱਪਰੋਂ ਮੈਂ ਅੰਦਰੋਂ ਮੈਨੂੰ ਪਤਾ ਮੈਂ ਕਿੰਨਾ ਹਾਰਡਲੀ ਕੰਮ ਕਰ ਰਿਹਾ ਨਾ, ਅਤੇ ਦੂਜੀ ਗੱਲ ਜਿਹੜੀ ਇਹ ਫਿਲਮ ਇਹ ਹੁਣ ਜੇ ਮਨਿਆਸ ਜੀ ਨੇ, ਜਤਿੰਦਰ ਜੇ ਮਨਿਆਸ ਅਤੇ ਰੁਪਿੰਦਰ ਮਨਿਆਸ ਜੀ ਸਾਡੇ ਪ੍ਰੋਡਿਊਸਰ ਨੇ ਇਸ ਫਿਲਮ ਦੇ, ਅਤੇ ਜਿਨ੍ਹਾਂ ਨੇ ਮਤਲਬ ਇਸ ਫਿਲਮ ਦੀ ਕੰਟੈਂਟ ਨੂੰ ਸਮਝਿਆ, ਅਤੇ ਉਹਨਾਂ ਨੇ ਇਹ ਫੀਲ ਕੀਤਾ ਕਿ ਇਹ ਫਿਲਮ ਡੈਫੀਨੇਟਲੀ ਬਣਨੀ ਚਾਹੀਦੀ ਆ, ਅਤੇ ਇਹ ਬਹੁਤ ਹੀ ਜ਼ਿਆਦਾ ਮਨੋਰੰਜਨ ਭਰਪੂਰ ਫਿਲਮ ਆ, ਹਟ ਕੇ ਮੂਵੀ ਆ, ਅਤੇ ਜੋ ਅੱਜ ਤੱਕ ਕਿਸੇ ਨੇ ਕਿਊਰੀਓਸਿਟੀ ਦਿਖਾਈ ਨਹੀਂ ਉਹ ਇਹਦੇ ਵਿੱਚ ਦਿਖਾਈ ਜਾ ਰਹੀ ਆ, ਅਤੇ ਪਲੱਸ ਉਹਨਾਂ ਨੇ, ਮੈਂ ਉਹਨਾਂ ਨੂੰ ਇੱਕੋ ਗੱਲ ਕਹੀ ਸੀ, ਮੈਂ ਭਾਅ ਜੀ ਮੈਨੂੰ ਮੈਂਡੀ ਤੱਖੜ ਇਸ ਫਿਲਮ 'ਚ ਹੀਰੋਇਨ ਚਾਹੀਦੀ ਆ, ਅਤੇ ਮੈਨੂੰ ਉਹ ਕਹਿੰਦੇ ਡਨ। ਤੁਹਾਡਾ ਸੁਪਨਾ ਸੀ ਮੈਂਡੀ ਤੱਖੜ? ਮੇਰਾ ਸੁਪਨਾ ਸੀ ਮੈਂਡੀ ਤੱਖੜ। ਕੀ ਬਾਤ ਹੈ ਜੀ, ਤੁਹਾਡਾ ਇੱਕ ਸੁਪਨਾ ਪੂਰਾ ਹੋਣ ਜਾ ਰਿਹਾ।
ਬਹੁਤ ਖੂਬ। ਮੈਂ ਹੁਣ ਤੁਹਾਨੂੰ ਇਸ ਤੋਂ ਅੱਗੇ ਕੁਛ ਨਹੀਂ ਪੁੱਛਾਂਗੀ, ਵੈਸੇ ਮੇਰੇ ਦਿਮਾਗ 'ਚ ਕੁਛ ਆ ਰਿਹਾ ਪਰ ਮੈਂ ਤੁਹਾਨੂੰ ਪੁੱਛਾਂਗੀ। ਮਤਲਬ ਮੈਂਡੀ ਤੱਕਰ ਦੇ ਨਾਲ ਮੂਵੀ ਕਰਨਾ ਤੁਹਾਡਾ ਸੁਪਨਾ ਸੀ, ਅਗਰ ਤੁਸੀਂ ਰੀਅਲ ਲਾਈਫ ਦੇ ਵਿੱਚ ਕਦੇ ਸੋਚਿਆ ਕਿ ਤੁਹਾਡੀ ਰੀਅਲ ਲਾਈਫ ਜਿਹੜੀ ਰੀਅਲ ਲਾਈਫ ਆ ਉਹਦੀ ਹੀਰੋਇਨ ਵੀ ਮੈਂਡੀ ਤੱਕਰ ਵਰਗੀ ਹੋਣੀ ਚਾਹੀਦੀ ਆ? ਬਿਲਕੁਲ, ਕਿਉਂ ਨਹੀਂ ਹੋਣੀ ਚਾਹੀਦੀ ਇਹ 'ਚ ਕਿਹੜੀ, ਮਤਲਬ ਇੰਨੀ ਸੋਹਣੀ ਹੋਣੀ ਚਾਹੀਦੀ ਆ। ਬਿਲਕੁਲ, ਮੈਂਡੀ ਤੱਕਰ ਮਤਲਬ ਉਹ ਇੱਕ ਸੋਹਣੀ ਤਾਂ ਅਲੱਗ ਆ, ਉਹ ਜਿਹੜੀ ਅੰਦਰੋਂ ਦੇ ਕਾਈਂਡਨੈਸ ਆ ਜੋ ਹੰਬਲ ਆ ਉਹ ਜ਼ਿਆਦਾ ਉਹਦੀ ਖੂਬਸੂਰਤੀ ਨੂੰ ਹੋਰ ਵੀ ਨਿਖਾਰ ਦਿੰਦੀ ਆ, ਹੈ ਨਾ। ਜੇ ਬੰਦਾ ਅੰਦਰੋਂ ਨਾ ਚੰਗਾ ਹੋਵੇ, ਹੈ ਨਾ, ਤਾਂ ਉਹ ਜਿੰਨਾ ਮਰਜ਼ੀ ਸੋਹਣਾ ਹੋਵੇ ਉਹਨੂੰ ਆਪਾਂ ਸੋਹਣਾ ਨਹੀਂ ਕਹਿ ਸਕਦੇ। ਬੰਦਾ ਨੇਚਰ ਦਾ ਚੰਗਾ ਹੋਣਾ ਚਾਹੀਦਾ ਤਾਂ ਉਹੀ ਸੋਹਣਾ ਹੋ ਸਕਦਾ ਮੇਰੇ ਹਿਸਾਬ ਨਾਲ। ਕਿਆ ਬਾਤ ਆ, ਕਿਆ ਬਾਤ ਆ, ਮਤਲਬ ਤੁਸੀਂ ਨਾ ਇੱਕ ਨਕਸ਼ ਬਣਾ ਕੇ ਬੈਠੇ ਹੋਏ, ਇੱਕ ਅਕਸ ਉਕਾਰਿਆ ਹੋਇਆ ਆ। ਨਹੀਂ, ਅਕਸ ਤਾਂ ਜੋ ਹੈ ਉਹੀ ਆ ਨਾ, ਉਹ ਤਾਂ ਰੱਬ ਨੇ ਉਤਾਰਿਆ, ਪਰ ਜੋ ਉਹਨਾਂ ਦੀ ਰੀਅਲ ਲਾਈਫ ਹੈ, ਕਿਉਂਕਿ ਮੈਂ ਨਹੀਂ ਜਾਣਦਾ ਸੀ ਵੀ ਕਿੱਦਾਂ ਦੇ ਹੋਣਗੇ ਉਹ, ਰਾਈਟ। ਪਰ ਉਹ ਸੈੱਟ ਦੇ ਪਹਿਲੇ ਦਿਨ ਆ ਕੇ ਸਾਨੂੰ ਕਲੀਅਰਟੀ ਹੋ ਗਈ ਵੀ ਇਹ ਜੋ ਬਾਹਰੋਂ ਆ ਇਨਸਾਨ ਉਹਦੇ ਨਾਲੋਂ ਕਈ ਗੁਣਾ ਵੱਧ ਕੇ ਅੰਦਰੋਂ ਸੋਹਣਾ। ਬਹੁਤ ਖੂਬ। ਸੋ ਬਹੁਤ ਬਹੁਤ ਦੁਆਵਾਂ ਨੇ ਤੁਹਾਡੀ ਮੂਵੀ ਦੇ ਲਈ, ਤੁਹਾਡੀ ਕੈਮਿਸਟਰੀ ਦੇ ਲਈ, ਤੁਹਾਡੀ ਇਸ ਬਹੁਤ ਹੀ ਪਿਆਰੀ ਚੀਜ਼ ਜੋ ਰੀਅਲ ਲਾਈਫ ਦੀ ਚੌੜੀ ਆ ਰਹੀ ਹੈ ਇਹਦੇ ਲਈ, ਅਤੇ ਵਾਹਿਗੁਰੂ ਕਿਰਪਾ ਕਰਨ ਇਹ ਮੂਵੀ ਬਹੁਤ ਹਿੱਟ ਜਾਏ। ਸਾਡੇ ਵੱਲੋਂ ਬਹੁਤ ਬਹੁਤ ਬੈਸਟ ਵਿਸ਼ਸ ਨੇ। ਥੈਂਕ ਯੂ ਸੋ ਮਚ। ਥੈਂਕ ਯੂ ਸੋ ਮਚ। ਥੈਂਕ ਯੂ। ਸ਼ੁਕਰੀਆ ਜੀ।